जन माहिया तेरे रापई तक तारे तू पुछ चन माहिया तेरे रापई तक नीहा। उंगली गति गिड़ने खबर 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 लाई बैठा खा रही हिठाड़ी वो ही में ना हिठाड़ी अल्लाह ते बंदा रमजान शरीफ लगो है रमजान शरीफ तन पता है को है ना यार तू हदायत कर ली थी या पीछा का अनुकारा या कहनो अगा कर मैं जिथे बैठा मैं ठीक तू मुसलमान कह नहीं यार मुसलमान आए और तू के दस मेनू के आदा दस ओए मेरे भरा मेरी गाल सुनो ओ साइकिल दी हैंडल दी मुछा ले मेरी मुछा पर जीवन तू तब नहीं करना है मौलवी साहब दी गल सुनी करो ऐसा मौलवी ना हुआ तो दुनिया पता किथे ते किथा ही होवे नहीं नहीं मौलवी से अलवा सने मन में ऐसा आपे रात सारा अल्लाह दा नेक महीना लगो है तो इस महीने च रोजा रखी ना रोजा पांच वक्त नमाज रोजा तस्बीह तरावी तहज्जुद इबादत ना मर्द अल्लाह पाक ने अल्लाह का घर है मस्जिद है नमाज पढ़ो इबादत करो ये कड़ी इबादत है तू डोड़े मां याद बैठा अस्तगफार मेरा वजू जाया कर दिता है एक मिनट मेरा चाचा आंदा पे तन दस सी तेरा चाचा ओ आंदा पिया अच्छा दो गैर मुस्लिम नहीं रहे होने और भी हां आ बे चाचा क्या हाल है बाओ अल्लाह ओ यार मैं बैठा हूं मैं कह राज च बैठा हूं लगाए तू आते फलाण कर नमाज पढ़ तस्बीहा पढ़ भला मैं आगे कोई नहीं पढ़दा है पढ़दे आया सा बे तू सा कह चंगे बंदे नु जा समझाओ कोई ना ਮੈਨੂੰ ਸਮਝਾਈਂਦਾ ਪਈ ਯਾ ਤੇ ਓਏ ਦੇਖੋ ਨਾ ਬਾਬਾ ਜੀ ਮੇਰੀ ਗੱਲ ਸੁਣੋ ਤੁਸੀਂ ਸਾਰੀ ਚਪਾਰੀ ਉਠੀ ਜੇ ਮੂੰਹ ਤੇ ਛੱਟਾ ਮਾਰਾ ਨਾ ਮਾਰਾ ਟੁੱਕੋ ਲੱਕਾ ਤੇ ਚੱਲ ਹੋਟਲਾਂ ਤੇ ਸਿਗਰਟ ਪੀ ਫਿਲਮਾਂ ਦੇਖ ਢਿਆੜ ਗੋਲ ਇਹ ਮੌਲਵੀ ਨੂੰ ਪੰਡਾ ਬਣਾ ਲੈ ਇਹ ਵੇਖੇ ਲੱਕਾ ਇਹ ਕੌਣ ਲੱਗਦਾ ਹੈ ਉਹ ਸੱਚਾ ਸੱਚ ਉਹ ਸਹੀ ਗੱਲਾਂ ਬੈਠਾ ਕਰੇ ਐ ਤੂੰ ਇਹ ਉਧਰ ਲੈ ਰਲਦਾ ਪਿਆ ਹੈ ਉਹ ਸੱਚਾ ਚਲੋ ਆਪਾਂ ਅਮਲ ਕਰੂ ਨਾ ਕਰੂ ਸੁਣੋ ਤਾਂ ਸਹੀ ਇਹਨੂੰ ਆ ਕੁੱਕ ਨਾ ਮਾਰੇ ਪਤਾ ਨਹੀਂ ਬਸ ਸੁਲਖਾ ਦੇ ਬਸ ਨਹੀਂ ਨਹੀਂ ਮੈਂ ਤਾਂ ਤੈਨੂੰ ਵੇਖ ਹੱਥ ਜੋੜ ਜੋੜ ਤੇ ਆਖਿਆ ਬੰਨ ਨਮਾਜ਼ ਦੀ ਪੜ ਪਕਾ ਯਾਰ ਮੈਂ ਪਕਾ ਲਈ ਜੇ ਆ ਮੈਂ ਪਕਾਈਏ ਅੱਧੀ ਪਕਾਈ ਮੈਂ ਨਾਲ ਰਹਿੰਦੀ ਪਈ ਇਹ ਤੁਸੀਂ ਕਹੇ ਸੀ ਕਿ ਮੇਲੇ ਤੇ ਆ ਬੈਠੋ ਮੈਂ ਤੁਹਾਨੂੰ ਤਬਲੀਗ ਕਰਨ ਆਇਆ ਜੀ ਮੈਂ ਸੁਣੋ ਬਾਈ ਜਾਨ ਜਲਦੀ ਜਲਦੀ ਕਾਰ ਤੇ ਬਸ ਫਿਰ ਲੈ ਇਹ ਦੇਖ ਨਾ ਇਹ ਹੁਣ ਚਾਚਾ ਤੇਰੇ ਪਤਨੀ ਅਸੀਂ ਨਮਾਜ਼ ਪੜੀ ਨਹੀਂ ਪੜੀ ਮੈਂ ਪਕਾਈਏ ਹੁਣ ਇੱਕ ਨਮਾਜ਼ ਜ਼ਾਇਆ ਥੀ ਬਨ ਨਾ ਤੇ ਪਤਾ ਹੈ ਕਿਤਨਾ ਬੰਦਾ ਸਾਲ ਜਹੰਨਮ ਵਿੱਚ ਸੜ ਜਾਏ ਤੇ ਤੂੰ ਸੱਜਮੇ ਵਿੱਚ ਤੇ ਪਤਾ ਨਮਾਜ਼ ਪੜੀਏ ਪਤਾ ਨਹੀਂ ਪੜੀ ਗੱਲ ਤਾਂ ਸੱਚੀ ਪਈ ਬਲੋਮ ਆਉਂਦੀ ਚਾਚਾ ਮੈਂ ਤਾਂ ਮਤ ਇਵੇਂ ਮੌਲਵ ਨੂੰ ਪੰਜ ਵਕਤ ਅੱਲਾ ਪਾਕ ਦਾ ਹੁਕਮ ਆਂਦਾ ਅੱਲਾਹੁ ਅਕਬਰ ਅੱਲਾਹੁ ਅਕਬਰ ਅੱਲਾ ਤਾਲਾ ਸਦੇਂਦਾ ਆਓ ਮੇਰੇ ਘਰ ਇਬਾਦਤ ਕਰੋ ਇਵੇਂ ਆਪਾਂ ਉਹ ਦਰਿਆ ਦੇ ਨਾਲ ਰੋਟੀ ਟੁੱਕਰ ਖਾਦਾ ਤੇ ਬੰਦੇ ਦੇ ਫੋਸੇ ਮੇਲੀਆਂ ਤੇ ਸਾਹਮਣੇ ਲੱਤਾ ਚਾਹ ਤੇ ਕੋਈ ਖੁਦਾ ਦਾ ਖੌਫ ਕੋਈ ਨਹੀਂ ਇਹ ਕੋਈ ਕਿਆਮਤ ਬਿਲਕੁਲ ਨੇੜੇ ਵੇ ਠੀਕ ਹੈ ਇਹ ਹੁਣ ਕਈ ਤੁਹਾਡੇ ਇਲਾਕੇ ਜਾਂ ਮੇਰੇ ਇਲਾਕੇ 'ਚ ਕਈ ਐਸੇ ਲੋਕ ਹਨ ਜਿਹੜੇ ਪਿਛਲੇ ਸਾਲ ਹਨ ਹੁਣ ਇਸ ਸਾਲ ਕਹੇ ਨਹੀਂ ਰਮਜ਼ਾਨ ਸ਼ਰੀਫ ਆਉਂਦਾ ਰਹਿੰਦਾ ਸੀ ਪਰ ਮੌਤ ਫੋਤ ਦਾ ਕੋਈ ਪਤਾ ਕੋਈ ਨਹੀਂ ਮੇਰੇ ਭਰਾਵੋ ਮੈਂ ਤਾਂ ਤੁਹਾਨੂੰ ਤਬਲੀਗ ਦੇਵਣ ਆਇਆ ਅੱਛੀ ਅੱਗੇ ਤੁਹਾਡੀ ਮਰਜ਼ੀ ਗੱਲ ਹੁਣ ਕੋਈ ਤੁਹਾਡੇ ਪੱਲੇ ਬੰਨ੍ਹੀ ਜੇ ਕੋਈ ਨਾ ਠੀਕ ਹੈ ਮੌਲਵੀ ਸਾਹਿਬ ਤੇਰੀ ਸੁਣ ਲਈਏ ਚਾਚੇ ਦੀ ਸੁਣ ਲਈਏ ਠੀਕ ਹੈ ਮੈਂ ਮਨੇ ਮਾਜ਼ ਹੀ ਪੜ੍ਹ ਸਾਂ ਉਸ਼ਾ ਪਿਆ ਮੈਂ ਦਾ ਤਬਲੀਗ ਦੇਵਣ ਤਬਲੀਗ ਅੱਲਾ इज्जत ना मजा ठीक है तू ही मौलवी दे रले रलदा पी है मैं तेनु बजाई सही सही बात मौलवी सच्चाई सच्चाई ये मरना काए नहीं से आपा ते मार पाओ पर मैं तो नहीं घबरूआ मैं नहीं मरदा हाली चलो ठीक है पिया जीवे तेरी मर्जी आवे मैं तो हुन जड़ा मैं दा पिए सिर खा गन निकला पर पानी पीवा मैं केड़ा छड़क ते हाथ बहरिया जाना जा रोज पानी पीसा टुकुरी का खमना मखोड़ी खाऊसा लस्सी पीसा।
ਦਿਆਗਨ ਮੌਲਵੀ ਖਾਵਾ ਪੀਵਾ ਨਾ ਤਾਂ ਹੋਰ ਮੈਂ ਮਾਰ ਵਾਂਜਾ ਭੋਖ ਤੂੰ ਟੁੱਕਰੀ ਖਮਸਾ ਹੈ ਮਾਰਮਦਾਨ ਆਪਦੀ ਥਾਰਾ ਤੇ ਠੀਕ ਹੈ ਇਹ ਸ਼ਾਇ ਲਈ ਵਧਾ ਇਹ ਜਾ ਖਾਉਸਾਂ ਕਿਸੇ ਰੋਜ਼ੇ ਰੱਖੋ ਇਹ ਕਰੋ ਵੱਡੇ ਆ ਗਏ ਮੌਲਵੀ ਮੈਂ ਪਿਓ ਤੇਰੇ ਰੋਜ਼ਾ ਰੱਖੇ ਉਹ ਮੈਨੂੰ ਉਡਰਾ ਅੱਡ ਕਰੇ ਉਸ ਰੱਖੇ ਮੁਰਦਾਰ ਹੈ ਤੇ ਤੂੰ ਕਿਉਂ ਨੀ ਵੀ ਰੱਖਿਆ ਨੇਂਦਰ ਆ ਗਈ ਹੈ ਦੇਖ ਲੋ ਮੁਸਲਮਾਨੋ ਇਹ ਇਨਸਾਨ ਦੀ ਜ਼ਿੰਦਗੀ ਏ ਕਢਾਣ ਸੋਚੇ ਕਢਾਣ ਸੋਚੇ ਤੁਸਾਂ 12 ਮਹੀਨੇ ਚ ਇੱਕ ਮਹੀਨਾ ਸਿਰਫ 3 ਇਹ ਤੁਸੀਂ ਯਾਰ ਨਹੀਂ ਕੰਟਰੋਲ ਕਰ ਸਕਦੇ ਤੇ ਮਰ ਗਈ ਆ 5 ਸਾਲ ਇਹਦੀ ਸਿਰਫ ਉਮਰ ਆਈ ਕਬਰ ਏ ਪਤਾ ਕਿਤਨੇ 100 ਸਾਲ ਰਹਾ ਸੀ ਕਿਆਮਤ ਤੱਕ ਇਹ ਕੀ ਜਵਾਬ ਦਿੰਦਾ ਰਹਾ ਸੀ ਉੱਥੇ ਕੁਛ ਸੋਚੋ ਇਹ ਮਰ ਗਈ ਆਪੇ ਹੀ ਮਰ ਵਜਣੇ ਕੁਝ ਸੋਚੋ ਯਾਰ ਕੁਝ ਸੋਚੋ ਕਿਆਮਤ ਨਜ਼ਦੀਕ ਅੱਲਾਹ ਕੋਲ ਮਾਫ਼ੀ ਮੰਗੋ ਤੋਬਾ ਮੰਗੋ ਨਮਾਜ਼ਾਂ ਪੜ੍ਹੋ ਰੋਜ਼ੇ ਰੱਖੋ लाइक करें सब्सक्राइब करें और बेल आइकन जरूर प्रेस करें।